ਨਾਭਾ ਜੰਗਲਾਤ ਵਰਕਰ ਯੂਨੀਅਨ ਪੰਜਾਬ ਦੇ ਵੱਲੋਂ ਕੱਚੇ ਕਾਮੇ ਪੱਕੇ ਕਰਵਾਉਣ ਅਤੇ ਹੋਰ ਮੰਗਾਂ ਦੇ ਹੱਲ ਦੇ ਲਈ ਅੱਜ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਹਲਕਾ ਨਾਭਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਆਪਣੇ ਟਰੱਕ, ਟੈਂਪੂ ਅਤੇ ਬੱਸਾਂ 'ਤੇ ਸਵਾਰ ਹੋ ਕੇ ਆਪਣੇ ਝੰਡੇ ਮਾਟੋ ਅਤੇ ਬੈਨਰਾਂ ਦੇ ਨਾਲ ਲੈਸ ਹੋ ਕੇ ਜੋਸ਼ੋ ਖਰੋਸ਼ੇ ਨਾਲ ਨਾਅਰੇ ਲਾਉਂਦੇ ਇਸ ਧਰਨੇ ਵਿੱਚ ਪੁੱਜੇ। ਵੱਡੀ ਗਿਣਤੀ ਵਿੱਚ ਕੱਚੇ ਕਾਮੇ ਅਤੇ ਕੱਚੇ ਕਾਮਿਆਂ ਬੀਬੀਆਂ ਨੇ ਸ਼ਿਰਕਤ ਕੀਤੀ। ਅੱਜ ਦੇ ਇਸ ਧਰਨੇ ਦੀ ਅਗਵਾਈ ਅਮਰੀਕ ਸਿੰਘ, ਗੜਸ਼ੰਕਰ, ਜਸਵੀਰ ਸਿੰਘ ਸ਼ੀਰਾ, ਸ਼ਿਵ ਕੁਮਾਰ ਅਤੇ ਬਲਵੀਰ ਮਡੋਲੀ ਨੇ ਕੀਤੀ। ਵੱਡੀ ਗਿਣਤੀ ਵਿੱਚ ਇਕੱਤਰ ਹੋਏ ਜੰਗਲਾਤ ਕਾਮਿਆਂ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਦਰਸ਼ਨ ਬੇਲੂ ਮਾਜਰਾ, ਰਣਜੀਤ ਗੁਰਦਾਸਪੁਰ, ਜਸਵਿੰਦਰ ਸੋਜਾ ਅਤੇ ਮਲਕੀਤ ਸਿੰਘ ਮੁਕਤਸਰ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਜਿੱਥੇ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ ਦੇ ਨਾਲ ਵਾਅਦੇ ਕੀਤੇ ਸਨ ਉੱਥੇ ਮੁਲਾਜ਼ਮਾਂ ਦੇ ਨਾਲ ਵੀ ਕੱਚੇ ਕਾਮੇ ਪੱਕੇ ਕਰਨ। 2004 ਤੋਂ ਬਾਅਦ ਭਰਤੀ ਹੋਏ ਕਾਮਿਆਂ ਦੀ ਪੁਰਾਣੇ ਪੈਨਸ਼ਨ ਦੇ ਘੇਰੇ ਵਿੱਚ ਲਿਆਉਣ ਰਹਿੰਦਾ DAP ਕਮਿਸ਼ਨ ਦੀ ਰਿਪੋਰਟ ਜਿਹੇ ਵਾਅਦੇ ਕੀਤੇ ਸਨ, ਪਰ ਇਹ ਵਾਅਦੇ ਵਫਾ ਨਹੀਂ ਹੋਏ, ਜਿਸ ਕਾਰਨ ਸਮੁੱਚੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ, ਜਿਸ ਕਾਰਨ ਅੱਜ ਪੰਜਾਬ ਦਾ ਸਮੁੱਚਾ ਮੁਲਾਜ਼ਮ ਸੜਕਾਂ 'ਤੇ ਹੈ। ਉਹਨਾਂ ਕਿਹਾ ਕਿ ਸਮੁੱਚੇ ਕਾਮੇ ਪੱਕੇ ਕੀਤੇ ਜਾਣ, ਸੁਨਿਆਰਤਾ ਸੂਚੀ ਸੋਧ ਕੇ ਜਾਰੀ ਕੀਤੀ ਜਾਵੇ, ਕਰਮਚਾਰੀਆਂ ਨੂੰ ਮੌਸਮੀ ਵਰਦੀਆਂ ਅਤੇ ਨਿੱਤ ਵਰਤੋਂ ਨਾਲ ਸਮਾਨ ਦਿੱਤਾ ਜਾਵੇ। ਜੰਗਲਾਤ ਕਾਮੇ ਦੀ ਛਾਂਟੀ ਕਰਨੀ ਤੁਰੰਤ ਬੰਦ ਕੀਤੀ ਜਾਵੇ ਅਤੇ ਛਾਂਟੀ ਕੀਤੇ ਕਾਮੇ ਕੰਮ 'ਤੇ ਲਗਾਏ ਜਾਣ ਅਤੇ ਮੰਗ ਪੱਤਰ ਵਿੱਚ ਦਰਜ ਹੋਰ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਗਲਾਤ ਕਾਮੇ ਦਾ ਅੱਜ ਦਾ ਧਰਨਾ ਲਾ ਕੇ ਵਾਪਸ ਨਹੀਂ ਜਾਣਗੇ, ਉਹ ਇੱਥੇ ਹੀ ਲਗਾਤਾਰ ਪੱਕਾ ਮੋਰਚਾ ਲਾਉਣਗੇ ਅਤੇ ਉਸ ਨੂੰ ਉਨਾ ਚਿਰ ਜਾਰੀ ਰੱਖਣਗੇ ਜਿੰਨਾ ਚਿਰ ਜੰਗਲਾਤ ਕਾਮੇ ਦੀ ਇੱਕ ਇੱਕ ਮੰਗ ਦਾ ਸਰਕਾਰ ਵੱਲੋਂ ਹੱਲ ਨਹੀਂ ਕੀਤਾ ਜਾਂਦਾ। ਹੋਰ ਕੀ ਕਿਹਾ ਉਹਨਾਂ ਨੇ, ਆਓ ਦੇਖਦੇ ਹਾਂ। ਵਰਕਰ ਯੂਨੀਅਨ ਪੰਜਾਬ ਸੰਬੰਧਿਤ ਪੰਜਾਬ ਸਵਾਰੀਆਂ ਸਰਵ ਫੈਡਰੇਸ਼ਨ 1420-22 ਚੰਡੀਗੜ੍ਹ ਵੱਲੋਂ ਜਿਹੜੀ ਆ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ ਆ, ਇਹ ਮੰਤਰੀ ਵਣ ਮੰਤਰੀ ਪੰਜਾਬ ਦੇ ਖਿਲਾਫ ਇਸ ਕਰਕੇ ਕੀਤੀ ਗਈ ਆ ਕਿ ਕਈ ਸਾਲਾਂ ਤੋਂ ਵਿਭਾਗ ਅੰਦਰ ਡੇਲੀ ਵੇਜ ਬਤੌਰ ਕੰਮ ਕਰਦੇ ਆ ਰਹੇ ਆ, ਜਿਨ੍ਹਾਂ ਦੇ ਮੈਡੀਕਲ ਵੀ ਕਰਵਾ ਲਿਆ ਸਰਕਾਰ ਨੇ, ਉਹਨਾਂ ਨੂੰ ਅਜੇ ਤੱਕ ਸਰਕਾਰ ਵੱਲੋਂ ਪੱਕਿਆ ਨਹੀਂ ਕੀਤਾ ਗਿਆ, ਜਿਹਦੇ ਕਰਕੇ ਆ ਭੈਣਾਂ, ਆ ਵੀਰ ਬਜ਼ੁਰਗ ਵੱਡੀ ਗਿਣਤੀ ਦੇ ਵਿੱਚ ਆਏ ਆ। ਅਗਲੀ ਗੱਲ ਕਰੀਏ, ਆ ਕੋਈ ਸਿਧਾਂਤ ਨਹੀਂ, ਕੋਈ ਰੂਲ ਨਹੀਂ ਵੀ 3-3 ਮਹੀਨੇ, 4-4 ਮਹੀਨੇ ਹੋ ਗਏ ਆ ਕੰਮ ਕਰਦੇ ਵਰਕਰਾਂ ਨੂੰ ਤਨਖਾਹ ਦਾ ਨਾਂ ਨਹੀਂ ਲੈਂਦੇ ਹੈਗੇ, ਬਜਟ ਦੀ ਕੋਈ ਕਮੀ ਨਹੀਂ ਪਰ ਤਨਖਾਹ ਦੇਣ ਦਾ ਨਾਂ ਨਹੀਂ ਲੈਂਦੇ, ਜਿਹਦੇ ਕਰਕੇ ਅਸੀਂ ਇੱਥੇ ਮਜਬੂਰ ਹੋਏ ਹਾਂ ਰੋਸ ਰੈਲੀਆਂ ਕਰਨ ਦੇ ਲਈ। ਤੁਹਾਡੇ ਵੱਲੋਂ ਇੱਥੇ ਪਹਿਲਾਂ ਵੀ ਕਈ ਵਾਰ ਧਰਨੇ ਦਿੱਤੇ ਗਏ ਨੇ, ਤੁਹਾਨੂੰ ਸਾਫ ਨਹੀਂ? ਇੱਕ ਵਾਰ ਨਹੀਂ, ਦੋ ਵਾਰ ਨਹੀਂ, ਜਦੋਂ ਤੋਂ ਇਹ ਧਰਮਸੋਤ ਜੀ ਮੰਤਰੀ ਸਾਡੇ ਬਣੇ ਆ ਕਈ ਧਰਨੇ ਲੱਗ ਚੁੱਕੇ ਆ ਔਰ ਕਈ ਵਾਰ ਮੰਗਾਂ ਸੰਬੰਧੀ ਜੰਗਲਾਤ ਵਰਕਰ ਯੂਨੀਅਨ ਪੰਜਾਬ ਦੇ ਨਾਲ ਮੰਤਰੀ ਜੀ ਦੀ ਵਣ ਭਵਨ ਦਫ਼ਤਰ ਦੇ ਵਿੱਚ ਮੀਟਿੰਗ ਵੀ ਹੋ ਚੁੱਕੀ ਆ ਔਰ ਮੀਟਿੰਗ ਦੇ ਵਿੱਚ ਇਹ ਸਾਰੀਆਂ ਮੰਗਾਂ ਮੰਤਰੀ ਜੀ ਵੱਲੋਂ ਮੰਨੀਆਂ ਪਰ ਲਾਗੂ ਮਿੱਤਰ ਨੇ ਇੱਕ ਵੀ ਨਹੀਂ ਕੀਤੀ। ਨਾ ਮੰਨੀਆਂ ਮੰਗਾਂ ਤਾਂ ਅਸੀਂ ਪੱਕਾ ਮੋਰਚਾ ਵੀ ਸ਼ੁਰੂ ਕਰਾਂਗੇ ਅਤੇ ਅੱਜ ਇੱਥੇ ਉਹਦਾ ਕੋਈ ਦਫ਼ਤਰ ਹੈਗਾ, ਅਸੀਂ ਇਕੱਠੇ ਹੋ ਕੇ ਉਹਦੇ ਦਫ਼ਤਰ ਵੱਲ ਨੂੰ ਵੀ ਜਾਵਾਂਗੇ, ਪੱਕਾ ਮੋਰਚਾ ਵੀ ਲਾਵਾਂਗੇ। ਉਦੋਂ ਤੱਕ ਚੱਲਦਾ ਰਹੂਗਾ ਪੱਕਾ ਮੋਰਚਾ ਜਦੋਂ ਤੱਕ ਸਾਡੀਆਂ ਮੰਗਾਂ, ਜਿਹੜੀਆਂ ਮੰਨੀਆਂ ਮੰਗਾਂ, ਉਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਪੱਕੇ ਮੋਰਚੇ ਦੇ ਨਾਲ ਨਾਲ ਅਸੀਂ ਫੈਡਰੇਸ਼ਨ, ਜਿਹੜੀ ਸਾਡੀ ਫੈਡਰੇਸ਼ਨ ਆ ਵੱਖ ਵੱਖ ਧਿਰਾਂ ਦੀ, ਵੱਖ ਵੱਖ ਮੁਲਾਜ਼ਮਾਂ ਦੀ ਬਣੀ ਹੋਈ ਆ, ਗਾਹਾਂ ਉਹਦੇ ਹੋਰ ਸਹਿਯੋਗ ਦੇ ਨਾਲ ਵੱਡੇ ਪੱਧਰ 'ਤੇ ਮੋਰਚੇ ਦੇ ਨਾਲ ਨਾਲ ਇੱਥੇ ਰੈਲੀਆਂ ਵੀ ਕਰਾਂਗੇ। ਦੇਖੋ, ਸਰਕਾਰ ਜਦੋਂ ਹੋਂਦ 'ਚ ਆਈ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ, ਜਿੱਥੇ ਕਿਸਾਨਾਂ ਨਾਲ ਕਰਜ਼ਾ ਮਾਫੀ ਦਾ ਵਾਅਦਾ ਕੀਤਾ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ, ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ, ਸਾਡੇ ਨਾਲ ਵਾਅਦਾ ਕੀਤਾ ਸੀ ਵੀ ਜਿਹੜੇ ਸਮੁੱਚੇ ਮੁਲਾਜ਼ਮ ਨੇ ਤੁਹਾਡੇ ਉਹ ਪੱਕੇ ਕੀਤੇ ਜਾਣਗੇ, ਪਰ 4.5 ਸਾਲ ਬੀਤ ਗਏ, ਸਾਡਾ ਇੱਕ ਵੀ ਕੰਮ ਆ ਪੱਕਾ ਨਹੀਂ ਕੀਤਾ ਗਿਆ। ਅਸੀਂ ਲਗਭਗ 4 ਮੀਟਿੰਗਾਂ ਮਾਨਯੋਗ ਮੰਤਰੀ ਜੀ ਨਾਲ ਕੀਤੀਆਂ, ਉਹਦੇ ਵਿੱਚ ਇੱਕ ਬਸ ਭਰੋਸਾ ਦਿੰਦੇ ਰਹੇ ਵੀ ਸਮੁੱਚੇ ਕਾਮੇ ਪੱਕੇ ਕਰਕੇ ਜਾਊਗਾ, ਪਰ ਹਜੇ ਤੱਕ ਇੱਕ ਵੀ ਕੰਮ ਨਹੀਂ ਪੱਕਾ ਕੀਤਾ। ਇਸ ਕਰਕੇ ਸਾਡੀ ਜਥੇਬੰਦੀ ਨੇ ਫੈਸਲਾ ਕੀਤਾ ਵੀ ਕਿਉਂ ਨਾ ਆਪਾਂ ਕੋਈ ਸੰਘਰਸ਼ ਵਿੱਢੀਏ, ਜਿਹਦੀ ਕੜੀ ਦੇ ਤਹਿਤ ਅਸੀਂ ਅੱਜ ਉਹਨੂੰ ਰੋਸ ਧਰਨਾ ਦੇ ਕੇ ਇਸ ਤੋਂ ਬਾਅਦ ਮਾਰਚ ਕਰਦੇ ਹੋਏ ਮੰਤਰੀ ਦੀ ਰਿਹਾਇਸ਼ ਵੱਲ ਚੱਲਾਂਗੇ ਅਤੇ ਉੱਥੇ ਜਾ ਕੇ ਜਿੱਥੇ ਨੂੰ ਮੰਗ ਪੱਤਰ ਦੇਵਾਂਗੇ ਉਸ ਤੋਂ ਬਾਅਦ ਆਪਣਾ ਪੱਕਾ ਮੋਰਚਾ ਜਿਹੜਾ ਉਰੇ ਲਾ ਕੇ ਮੰਤਰੀ ਦੇ ਖਿਲਾਫ ਅਤੇ ਸਰਕਾਰ ਦੇ ਖਿਲਾਫ ਆਰ ਪਾਰ ਦੀ ਲੜਾਈ ਹੈ ਜਿਹੜੀ ਉਹ ਲੜਾਂਗੇ, ਉਹਨਾਂ ਚਿਰ ਜਾਰੀ ਰੱਖਾਂਗੇ ਜਿੰਨਾ ਚਿਰ ਇੱਕ ਕੰਮ ਆ ਪੱਕਾ ਨਹੀਂ ਹੋ ਜਾਂਦਾ। ਸਾਡੀ ਮੇਨ ਮੰਗ ਆ ਸਾਡੇ ਸਮੁੱਚੇ ਕੱਚੇ ਕਾਮੇ ਪੱਕੇ ਕਰਨੇ ਅਤੇ ਤਨਖਾਹਾਂ ਸਮੇਂ 'ਤੇ ਨਾ ਦੇਣੀਆਂ, ਕਿਉਂਕਿ ਸਾਡੇ ਕਾਮਿਆਂ ਨੂੰ 4-4, 5-5 ਮਹੀਨੇ ਤਨਖਾਹ ਨਹੀਂ ਦਿੱਤੀ ਜਾਂਦੀ। ਉਸ ਤੋਂ ਬਿਨਾਂ ਜੇਕਰ ਕੋਈ ਕੰਮ ਆ, ਕੋਈ ਗੱਲ ਕਰਦਾ ਆਪਣੇ ਦੁੱਖ ਦੀ, ਉਹਦੀ ਛੰਟੀ ਕਰ ਦਿੱਤੀ ਜਾਂਦੀ ਆ। ਇਸ ਕਰਕੇ ਮਹਿਕਮਾ ਇਹਨਾਂ ਨੇ ਆਪਣੀ ਜਗੀਰ ਬਣਾਇਆ ਹੈ ਵੀ ਜਾਂ ਤੂੰ ਕੱਲ੍ਹ ਨੂੰ ਕੰਮ 'ਤੇ ਨਾ ਆਈ। 2004 ਤੋਂ ਬਾਅਦ ਜਿਹੜੇ ਕੰਮ ਇਹਨਾਂ ਨੇ ਪੁਰਾਣੀ ਪੈਨਸ਼ਨ ਲਾਗੂ ਕਰਨੀ ਆ, ਹੋਰ ਬਹੁਤ ਸਾਰੀਆਂ ਮੰਗ ਪੱਤਰ 'ਚ ਮੰਗਾਂ ਨੇ, ਲੜਾਂਗੇ ਪੰਜਾਬ ਦੇ ਲੋਕ ਜਿੱਦਾਂ ਲੜਦੇ ਨੇ
किसानी तर्ज के उत्ते लड़ांगे, पूरी तरह डट के लड़ांगे, मंगा हल करा के फिर जावांगे। जेकर मंगा का हल ना होया तो लाजमी मंत्री विधानसभा दे पौड़ियां नहीं चढ़न देवांगे। आवाज़ी कम टीवी नाभा तो पत्रकार तरुण मेहता की रिपोर्ट।